ਮੈਂ ਪ੍ਰਾਈਮ ਮਿਨਿਸਟਰ ਸਾਹਿਬ ਦਾ ਬਿਆਨ ਸੁਣਿਆ ਵਾ, ਉਹ ਮੇਰਾ ਖਿਆਲ ਬਿਹਾਰ ਦੇ ਵਿੱਚ ਬੋਲ ਰਹੇ ਸੀ ਔਰ ਬਿਹਾਰ ਦੇ ਲੋਕਾਂ ਨੂੰ ਭੜਕਾ ਰਹੇ ਸੀਗੇ। ਬੜੇ ਅਫਸੋਸ ਦੀ ਗੱਲ ਹੈ ਕਿ ਇਸ ਲੈਵਲ ਦਾ ਇੱਕ ਸੀਨੀਅਰ ਆਗੂ ਦੇਸ਼ ਦਾ ਪ੍ਰਧਾਨ ਮੰਤਰੀ। ਕਾਂਗਰਸ ਕੇ ਸਾਹੀ ਪਰਿਵਾਰ ਕੇ ਇਹ ਖਾਸਮ ਖਾਸ ਹੈ, ਪੰਜਾਬ ਕੇ ਕਾਂਗਰਸ ਕੇ ਨੇਤਾ ਕਹਤੇ ਹੈ। ਪਹਿਲੀ ਗੱਲ ਤਾਂ ਮੈਂ ਕੁਛ ਸ਼ਾਹੀ ਨਹੀਂ ਗਾ, ਮੈਂ ਤਾਂ ਇੱਕ ਸਧਾਰਨ ਨਾਰਮਲ ਇਨਸਾਨ ਹੈ ਤੇ ਨਾਰਮਲ ਪੋਲਿਟਿਕਸ ਕਰ। ਬਿਹਾਰ ਕੇ ਲੋਕੋ ਕੋ ਪੰਜਾਬ ਮੈਂ ਬਹਿਸ਼ਕਾਰ ਕਰਨਾ ਚਾਹੀਏ, ਯੇ ਕਾਂਗਰਸ ਵਾਲੇ ਨੇਤਾ ਬੋਲ ਰਹੇ। ਪੰਜਾਬ ਮੈਂ ਬਿਹਾਰੀਓ ਕੋ ਕਾਂਗਰਸ ਨੇ ਆਨੇ ਸੇ ਮਨਾ ਕਰ ਦਿਆ, ਮੈਂ ਇੱਦਾਂ ਦੀ ਕੋਈ ਗੱਲ ਹੀ ਨਹੀਂ ਕੀਤੀ। ਮੈਂ ਪ੍ਰਾਈਮ ਮਿਨਿਸਟਰ ਸਾਹਿਬ ਦਾ ਬਿਆਨ ਸੁਣਿਆ ਵਾ, ਉਹ ਮੇਰਾ ਖਿਆਲ ਬਿਹਾਰ ਦੇ ਵਿੱਚ ਬੋਲ ਰਹੇ ਸੀ ਔਰ ਬਿਹਾਰ ਦੇ ਲੋਕਾਂ ਨੂੰ ਭੜਕਾ ਰਹੇ ਸੀਗੇ। ਬੜੇ ਅਫਸੋਸ ਦੀ ਗੱਲ ਹੈ ਕਿ ਇਸ ਲੈਵਲ ਦਾ ਇੱਕ ਸੀਨੀਅਰ ਆਗੂ ਦੇਸ਼ ਦਾ ਪ੍ਰਧਾਨ ਮੰਤਰੀ, ਉਹ ਕਹਿ ਰਿਹਾ ਵਾ ਕਿ ਪੰਜਾਬ 'ਚੋਂ ਇੱਕ ਸ਼ਾਹੀ ਕਾਂਗਰਸ ਦਾ ਲੀਡਰ। ਪਹਿਲੀ ਗੱਲ ਤਾਂ ਮੈਂ ਕੋਈ ਸ਼ਾਹੀ ਨਹੀਂ ਗਾ, ਮੈਂ ਤਾਂ ਇੱਕ ਸਧਾਰਨ ਨਾਰਮਲ ਇਨਸਾਨ ਹੈ ਅਤੇ ਨਾਰਮਲ ਪੋਲੀਟਿਕਸ ਕਰਦਾ। ਦੂਸਰੀ ਗੱਲ, ਉਹ ਕਹਿ ਰਹੇ ਕਿ ਪੰਜਾਬ ਮੈਂ ਬਿਹਾਰੀਓ ਕੋ ਕਾਂਗਰਸ ਨੇ ਆਨੇ ਸੇ ਮਨਾ ਕਰ ਦਿਆ, ਮੈਂ ਇੱਦਾਂ ਦੀ ਕੋਈ ਗੱਲ ਹੀ ਨਹੀਂ ਕੀਤੀ। ਮੈਂ ਇਹ ਕਹਿ ਰਿਹਾ ਕਿ ਜਿੰਨੇ ਵੀ ਗੈਰ ਪੰਜਾਬੀ ਨੇ ਉਹ ਪੰਜਾਬ ਵਿੱਚ ਜੀ ਸਦ ਕੇ ਆਉਣ, ਆਪਣੀ ਮਿਹਨਤ ਕਰਨ, ਮੁਸ਼ੱਕਤ ਕਰਨ, ਪੈਸੇ ਕਮਾਉਣ ਔਰ ਆਪਣੇ ਪਰਿਵਾਰਾਂ ਨੂੰ ਪਾਲਣ। ਸਾਨੂੰ ਕੋਈ ਮੁਸ਼ਕਿਲ ਨਹੀਂ ਗੀ, ਸਾਨੂੰ ਮੁਸ਼ਕਿਲ ਇਹ ਆ ਕਿ ਜਦੋਂ ਗੈਰ ਪੰਜਾਬੀ ਸਾਡੇ ਪੰਜਾਬ ਦੀਆਂ ਨੌਕਰੀਆਂ ਲੈ ਜਾਂਦੇ ਨੇ, ਕਿਉਂਕਿ ਭਗਵੰਤ ਮਾਨ ਜਿਹੜਾ ਸ਼ੋਰ ਮਚਾ ਰਿਹਾ ਕਿ ਮੈਂ 40,000 ਨੌਕਰੀ ਦਿੱਤੀ ਆ, ਮੈਂ 300 ਪਿੰਡਾਂ ਵਿੱਚ ਜਾ ਕੇ ਆਇਆ, ਮੈਂ 300 ਪਿੰਡਾਂ 'ਚ ਪੁੱਛਿਆ ਕਿ ਤੁਹਾਨੂੰ ਨੌਕਰੀਆਂ ਮਿਲੀਆਂ, ਮੈਨੂੰ ਲੋਕ ਹੱਥ ਮਾਰ ਕੇ ਕਹਿੰਦੇ ਨੇ ਕਿ ਸਾਡੇ ਪਿੰਡ ਕੋਈ ਨੌਕਰੀ ਨਹੀਂ ਮਿਲੀ। ਅਤੇ ਮੈਂ ਇਸ ਕਰਕੇ ਇੱਕ ਬਿੱਲ ਪੇਸ਼ ਕੀਤਾ ਹੋਇਆ, ਪ੍ਰਾਈਵੇਟ ਮੈਂਬਰਸ ਬਿੱਲ, ਜਿਹੜਾ ਕਿ ਕੁਲਤਾਰ ਸੰਧਵਾਂ ਨੂੰ ਜਨਵਰੀ 2023 ਦਾ ਦਿੱਤਾ ਹੋਇਆ। ਮੈਂ ਉਹਦੇ 'ਚ ਮੰਗ ਕੀ ਕੀਤੀ ਆ ਕਿ ਹਿਮਾਚਲ ਪ੍ਰਦੇਸ਼ ਦੀ ਤਰਜ਼ 'ਤੇ ਇੱਕ ਕਾਨੂੰਨ ਬਣਾਇਆ ਜਾਵੇ ਜਿਹਦੇ ਵਿੱਚ ਕੋਈ ਵੀ ਆਦਮੀ ਜਦੋਂ ਪੰਜਾਬ ਦੇ ਵਿੱਚ ਆਉਣਾ ਚਾਹੁੰਦਾ, ਉਹ ਜ਼ਮੀਨ ਖਰੀਦਣਾ ਚਾਹੁੰਦਾ, ਉਹ ਵੋਟਰ ਬਣਨਾ ਚਾਹੁੰਦਾ, ਉਹ ਨੌਕਰੀ ਖਰੀਦਣਾ ਨੌਕਰੀ ਕਰਨਾ ਚਾਹੁੰਦਾ, ਉਹ ਸਟੇਟ ਵੱਲੋਂ ਲਾਈਆਂ ਹੋਈਆਂ ਸ਼ਰਤਾਂ ਪੂਰੀਆਂ ਕਰੇ, ਜਿਵੇਂ ਹਿਮਾਚਲ ਪ੍ਰਦੇਸ਼ ਨੇ ਜਿਹੜੀਆਂ ਸ਼ਰਤਾਂ ਲਾਈਆਂ। ਮੈਂ ਉਸੇ ਦੇ ਘੋਖ ਕਰਕੇ ਇਹ ਸਪੀਕਰ ਵਿਧਾਨ ਸਭਾ ਕੋਲ ਬਿੱਲ ਦਿੱਤਾ ਹੋਇਆ ਔਰ ਅਗਰ ਇਸ ਤਰ੍ਹਾਂ ਨਾਲ ਹੋਵੇਗਾ ਸਾਨੂੰ ਕੋਈ ਇਤਰਾਜ਼ ਨਹੀਂ ਗਾ। ਲੇਕਿਨ ਮੇਰੇ ਖਿਲਾਫ ਪ੍ਰੋਪੇਗੈਂਡਾ ਇਹ ਬਣਾਇਆ ਜਾ ਰਿਹਾ ਵਾ ਕਿ ਜਿਵੇਂ ਕਿ ਮੈਂ ਯੂਪੀ ਅਤੇ ਬਿਹਾਰ ਦੇ ਲੋਕਾਂ ਨੂੰ ਕਹਿ ਰਿਹਾ ਕਿ ਤੁਹਾਨੂੰ ਪੰਜਾਬ 'ਚ ਆਉਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਪਹਿਲੀ ਗੱਲ ਤਾਂ ਮੈਂ ਨਾ ਬਿਹਾਰ ਕਿਹਾ ਸ਼ਬਦ, ਨਾ ਮੈਂ ਯੂਪੀ ਕਿਹਾ, ਕੁਛ ਅਖਬਾਰਾਂ ਨੇ ਵੀ ਪਹਿਲਾਂ ਚੰਦ ਦਿਨ ਲਿਖਿਆ, ਮੇਰੇ ਵਿਰੋਧੀਆਂ ਨੇ ਵੀ ਮੇਰੇ 'ਤੇ ਇੱਦਾਂ ਦੇ ਇਲਜ਼ਾਮ ਲਾਏ। ਅਨਫੋਰਚੁਨੇਟਲੀ ਪ੍ਰਾਈਮ ਮਿਨਿਸਟਰ ਸਾਹਿਬ ਦਾ ਇਸ ਲੈਵਲ 'ਤੇ ਕਹਿਣਾ, ਮੇਰਾ ਖਿਆਲ ਹੈ ਕਿ ਉਹਨਾਂ ਨੇ ਪੂਰੇ ਮਸਲੇ ਨੂੰ ਅੰਡਰਸਟੈਂਡ ਨਹੀਂ ਕੀਤਾ। ਉਹਨਾਂ ਦੀ ਆਪਣੀ ਸਟੇਟ ਗੁਜਰਾਤ ਵਿੱਚ ਵੀ ਕਾਨੂੰਨ ਹੈ, ਕੋਈ ਵੀ ਨੌਨ ਗੁਜਰਾਤੀ ਬਿਨਾਂ ਕਿਸੇ ਸ਼ਰਤਾਂ ਪੂਰੀਆਂ ਕੀਤੇ ਉੱਥੇ ਜ਼ਮੀਨ ਦਾ ਮਾਲਕ ਨਹੀਂ ਬਣ ਸਕਦਾ, ਉੱਥੇ ਵੋਟਰ ਨਹੀਂ ਬਣ ਸਕਦਾ, ਉੱਥੇ ਹੁਣ ਸਰਕਾਰੀ ਨੌਕਰੀ ਨਹੀਂ ਲੈ ਸਕਦਾ। ਔਰ ਇਕੱਲਾ ਗੁਜਰਾਤ ਨਹੀਂ, ਹੁਣ ਉੱਤਰਾਖੰਡ ਵਿੱਚ ਵੀ ਬੀਜੇਪੀ ਨੇ ਇਹ ਲੋਅ ਬਣਾ ਦਿੱਤਾ। ਪੰਜਾਬ 'ਚ ਅਸੀਂ ਇਸ ਕਰਕੇ ਲੋਅ ਮੰਗ ਰਹੇ ਹਾਂ ਕਿਉਂਕਿ ਸਾਡੇ 3 ਕਰੋੜ ਆਬਾਦੀ 'ਚੋਂ ਅਪਰੋਕਸੀਮੇਟਲੀ 70-75 ਲੱਖ ਸਾਡਾ ਜਿਹੜਾ ਪੰਜਾਬੀ ਆ ਉਹ ਵਿਦੇਸ਼ਾਂ ਵਿੱਚ ਜਾ ਚੁੱਕਾ ਵਾ, ਸਾਡਾ ਆਈਡੈਂਟੀਟੀ ਕ੍ਰਾਈਸਿਸ ਹੋ ਰਿਹਾ ਵਾ, ਸਾਡੀ ਆਬਾਦੀ ਸ਼ਿਫਟ ਹੋ ਰਹੀ ਹੈ ਬਹੁਤ ਵੱਡੇ ਲੈਵਲ 'ਤੇ। ਅਗਰ ਅਸੀਂ ਬਿਨਾਂ ਸ਼ਰਤ ਤੋਂ ਬਿਨਾਂ ਕੰਡੀਸ਼ਨਸ ਰੈਂਡਮਲੀ ਧੜਾ ਧੜ ਕਰਕੇ ਇੱਥੇ ਲੋਕਾਂ ਨੂੰ ਪੰਜਾਬ ਵਿੱਚ ਆ ਕੇ ਆਉਣ ਦਿੱਤਾ, ਉਹ ਸਾਡੀਆਂ ਨੌਕਰੀਆਂ ਖਾ ਜਾਣਗੇ ਔਰ ਸਾਡੀ ਜਿਹੜੀ ਆਈਡੈਂਟੀਟੀ ਆ, ਪੰਜਾਬ ਇੱਕ ਇਹੋ ਜਿਹੀ ਸਟੇਟ ਆ ਜਿੱਥੇ ਸਿੱਖ ਇਕੱਲੀ ਇੱਕ ਪੰਜਾਬ ਦੇ ਵਿੱਚ ਮੈਜੋਰਿਟੀ 'ਚ ਨੇ, ਹੌਲੀ ਹੌਲੀ ਸਾਡੀ ਪੱਗ ਵੀ ਗਾਇਬ ਹੋਜੂਗੀ, ਸਾਡੀ ਜ਼ੁਬਾਨ ਵੀ ਗਾਇਬ ਹੋਜੂ, ਸਾਡਾ ਸੱਭਿਆਚਾਰ ਵੀ ਗਾਇਬ ਹੋਜੂਗਾ। ਇਹ ਮੈਂ ਐਗਜੈਕਟਲੀ ਕਿਹਾ ਔਰ ਮੈਂ ਆਪਣੇ ਬਿਆਨ 'ਤੇ ਖੜ੍ਹਾ ਵਾਂ। ਮੈਂ ਫਿਰ ਕਹਿਣਾ ਚਾਹੁੰਦਾ ਕਿ ਹਿਮਾਚਲ ਪ੍ਰਦੇਸ਼ ਦੀ ਤਰਜ਼ 'ਤੇ
ਗੁਜਰਾਤ ਦੀ ਤਰਜ਼ 'ਤੇ ਹੁਣ ਉੱਤਰਾਖੰਡ ਦੀ ਤਰਜ਼ 'ਤੇ ਇੱਕ ਕਾਨੂੰਨ ਬਣਾਉਣਾ ਚਾਹੀਦਾ ਵਾ ਜਿਹਦੇ 'ਚ ਕੋਈ ਵੀ ਗੈਰ ਪੰਜਾਬੀ ਆਵੇ ਉਹ ਸ਼ਰਤਾਂ ਪੂਰੀਆਂ ਕਰੇ, ਉਹ ਜੀ ਸੱਦ ਕੇ ਇੱਥੇ ਰਵੇ, ਉਹ ਵੋਟਰ ਬਣੇ, ਨੌਕਰੀ ਕਰੇ, ਪਰ ਜਦ ਤਾਈਂ ਉਹ ਸ਼ਰਤਾਂ ਪੂਰੀਆਂ ਨਹੀਂ ਕਰਦਾ, ਉਹ ਪੈਸੇ ਕਮਾਵੇ, ਆਪਣੇ ਪਰਿਵਾਰ ਪਾਲੇ, ਉਹ ਪੱਕੇ ਤੌਰ 'ਤੇ ਨਾਗਰਿਕ ਨਹੀਂ ਬਣਨਾ ਚਾਹੀਦਾ। ਭਗਵੰਤ ਮਾਨ ਨੇ ਇੱਥੋਂ ਵੀ ਅੱਗੇ ਇੱਕ ਥੋੜ੍ਹਾ ਜਿਹਾ ਕੀ ਕਹਿੰਦੇ ਆ ਕਿ ਹਾਸੋਹੀਣਾ ਬਿਆਨ ਦਿੱਤਾ ਕਿ ਖਹਿਰਾ ਸਾਹਿਬ ਬਾਹਰਲਿਆਂ ਨੂੰ ਕਿਉਂ ਰੋਕਣੇ ਨੇ, ਸਾਡੇ ਵੀ ਬੱਚੇ ਕੈਨੇਡਾ ਅਮਰੀਕਾ ਜਾਂਦੇ ਨੇ। ਮੈਂ ਭਗਵੰਤ ਨੂੰ ਕਹਿਣਾ ਚਾਹੁੰਦਾ ਕਿ ਕੈਨੇਡਾ ਅਤੇ ਅਮਰੀਕਾ 'ਚ ਉਹ ਨਾਗਰਿਕਤਾ ਐਵੇਂ ਦੇ ਦਿੰਦੇ ਆ, ਉਹਨਾਂ ਦੀਆਂ ਪੂਰੀਆਂ ਸ਼ਰਤਾਂ ਨੇ। ਪਹਿਲੀ ਸ਼ਰਤ ਹੈ ਕਿ ਪਾਸਪੋਰਟ ਦਿਖਾਓ, ਫਿਰ ਹੈਗਾ ਵੀਜ਼ਾ ਦਿਖਾਓ, ਫਿਰ ਜੇ PR ਲੈਣੀ ਆ ਉਹਦੀ 3-4 ਸਾਲ ਦਾ ਪ੍ਰੋਸੈਸ ਹੈ, ਉਹ ਸਾਰੀਆਂ ਸ਼ਰਤਾਂ ਪੂਰੀਆਂ ਕਰਾ ਕੇ ਫਿਰ ਆਪਣੀ ਨਾਗਰਿਕਤਾ ਦਿੰਦੇ ਨੇ। ਬਿਲਕੁਲ ਉਹੀ ਮੈਂ ਕਹਿ ਰਿਹਾ ਕਿ ਕੈਨੇਡਾ ਅਮੈਰੀਕਾ ਦੀ ਤਰਜ਼ ਵਾਂਗੂ ਜਿੱਦਾਂ ਉਹ ਆਪਣੀਆਂ ਸ਼ਰਤਾਂ ਪੂਰੀਆਂ ਕਰਵਾਉਂਦੇ ਨੇ, ਜਾਂ ਹਿਮਾਚਲ, ਉੱਤਰਾਖੰਡ, ਗੁਜਰਾਤ। ਸੋ ਇਹਦੇ ਵਿੱਚ ਮੈਂ ਗਲਤ ਤਾਂ ਕੁਛ ਨਹੀਂ ਕਹਿ ਰਿਹਾ, ਮੈਂ ਤਾਂ ਸਿਰਫ ਆਪਣੀ ਡੈਮੋਗ੍ਰਾਫਿਕ ਸਿਚੁਏਸ਼ਨ ਪੰਜਾਬ ਦੀ ਬਚਾਉਣ ਨੂੰ, ਇਹ ਗੱਲ ਨੂੰ ਮੈਂ ਪ੍ਰਪੋਜ਼ ਕੀਤਾ। ਇਹਨੂੰ ਮਿਸਅੰਡਰਸਟੈਂਡ ਕਰ ਰਹੇ ਸਾਰੇ, ਔਰ ਕੁਛ ਸਿਲੈਕਟਿਵਲੀ ਮੀਡੀਆ ਇਸ ਨੂੰ ਜਾਣ ਬੁੱਝ ਕੇ ਗਲਤ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ। ਮੈਂ ਕਿਹਾ ਨਾ ਕਿ ਉਹ ਜਦ ਮੈਂ UP ਬਿਹਾਰ ਦਾ ਮੈਨੂੰ ਕਿਹਾ ਹੀ ਨਹੀਂ ਗਾ, ਮੈਂ ਸ਼ਬਦ ਵਰਤ ਰਿਹਾ ਪਹਿਲੇ ਦਿਨ ਤੋਂ ਗੈਰ ਪੰਜਾਬੀ, ਔਰ ਗੈਰ ਹਿਮਾਚਲੀ ਹਿਮਾਚਲ 'ਚ ਨਹੀਂ ਜਾ ਸਕਦਾ, ਗੈਰ ਗੁਜਰਾਤੀ ਗੁਜਰਾਤ 'ਚ ਨਹੀਂ ਜਾ ਸਕਦਾ, ਗੈਰ ਉੱਤਰਾਖੰਡੀ ਉੱਤਰਾਖੰਡ 'ਚ ਨਹੀਂ ਜਾ ਸਕਦਾ। ਅਗਰ ਪੰਜਾਬ ਵੀ ਆਪਣਾ ਕਾਨੂੰਨ ਬਣਾ ਕੇ ਆਪਣੀ ਜ਼ੁਬਾਨ ਅਤੇ ਆਪਣੀ ਹੋਂਦ ਬਚਾ ਲੂਗਾ, ਇਹਦੇ 'ਚ ਮਾੜਾ ਕੀ ਕਰ ਰਿਹਾ ਮੈਂ? ਹਾਂ, ਨਾਲੇ ਜਿਹੜੇ ਇੱਥੇ ਰਹਿੰਦੇ ਪੰਜਾਬੀ, ਪੰਜਾਬ 'ਚ ਰਹਿੰਦੇ ਬਾਹਰਲੇ ਪ੍ਰਵਾਸੀ ਨੇ, ਤੁਸੀਂ ਉਹਨਾਂ ਵਾਸਤੇ ਕੀ ਕਹਿਣਾ ਚਾਹੋਗੇ? ਨਹੀਂ, ਉਹਨਾਂ 'ਤੇ ਤਾਂ ਦੇਖੋ, ਮੈਂ ਜਿਹੜੇ ਆ ਗਏ ਨੇ, ਜਿਹੜੇ ਬੱਸ ਗਏ ਨੇ, ਜਿਹੜੇ ਵੋਟਰ ਬਣ ਗਏ ਨੇ, ਜਿਹਨਾਂ ਨੇ ਮਕਾਨ ਲੈ ਲਏ, ਜਿਹਨਾਂ ਨੇ ਨੌਕਰੀਆਂ ਲੈ ਲਏ, ਉਹਨਾਂ ਨੂੰ ਥੋੜ੍ਹਾ ਮੈਂ ਕਹਿ ਰਿਹਾ, ਮੈਂ ਤਾਂ ਫਰਦਰ ਆਪਣੀ ਆਈਡੈਂਟੀ ਦੀ ਪ੍ਰੋਟੈਕਸ਼ਨ ਲਈ ਆਉਣ ਵਾਲੇ ਸਮੇਂ 'ਚ, ਜਾਂ ਤਾਂ ਹੋਵੇ ਨਾ ਕਿ ਇਕੱਲਾ ਮੈਂ ਕਹਿ ਰਿਹਾ ਕਿ ਪੰਜਾਬ ਬਣਾਓ, ਜਦ ਦੂਜੇ ਸੂਬਿਆਂ ਵਿੱਚ ਪਹਿਲਾਂ ਬਣਿਆ ਅਤੇ ਹੁਣ ਪ੍ਰਾਈਮ ਮਿਨਿਸਟਰ ਸਾਹਿਬ ਦੇ ਆਪਣੇ ਸੂਬੇ ਵਿੱਚ ਬਣਿਆ ਹੋਇਆ ਵਾ, ਉਹ ਕਿਉਂ ਅਪੋਜ਼ ਕਰ ਰਹੇ ਨੇ? ਪਹਿਲਾਂ ਤਾਂ ਗੁਜਰਾਤ ਵਿੱਚ ਹਟਾ ਦੇਣ, ਅੱਛਾ ਸਿੱਖਾਂ ਨੂੰ ਗੁਜਰਾਤ ਵਿੱਚੋਂ ਕੱਢਿਆ ਹੋਇਆ ਵਾ। ਤੁਹਾਨੂੰ ਪਤਾ ਵਾ ਕਿ ਕੱਛ ਦੀ ਜ਼ਮੀਨ, ਜਦੋਂ ਲਾਲ ਬਹਾਦੁਰ ਸ਼ਾਸਤਰੀ ਪ੍ਰਾਈਮ ਮਿਨਿਸਟਰ ਬਣੇ, ਉਹਨਾਂ ਨੇ ਕਿਹਾ ਕਿ ਸਾਡੇ ਕੋਲ ਇੱਦਾਂ ਦਾ ਰਕਬਾ ਵਾ, ਮੈਂ ਪੰਜਾਬੀਆਂ ਨੂੰ ਆਵਾਜ਼ ਦਿੰਦਾ ਕਿ ਆਣ ਕੇ ਸਾਡੀ ਜ਼ਮੀਨਾਂ ਆਬਾਦ ਕਰੋ। ਉਹ ਪੰਜਾਬ 'ਚੋਂ ਬਹੁਤ ਸਾਰੇ ਸਿੱਖਾਂ ਨੇ ਜਾ ਕੇ ਕੱਛ ਇਲਾਕੇ ਵਿੱਚ ਗੁਜਰਾਤ 'ਚ ਇੰਨੀ ਮਿਹਨਤ ਕਰਕੇ ਜ਼ਮੀਨਾਂ ਆਬਾਦ ਕੀਤੀਆਂ, ਅਤੇ ਗੁਜਰਾਤ ਗਵਰਨਮੈਂਟ ਨੇ ਇੱਕ ਹੁਕਮ ਨਾਲ ਸਿੱਖਾਂ ਤੋਂ ਜ਼ਮੀਨਾਂ ਖੋਹ ਲਈਆਂ। ਉਹ ਹਾਈਕੋਰਟ ਗਏ, ਹਾਈਕੋਰਟ ਨੇ ਉਹਨਾਂ ਦੀਆਂ ਜ਼ਮੀਨਾਂ ਬਹਾਲ ਕਰਤੀਆਂ। BJP ਦੀ ਗਵਰਨਮੈਂਟ ਸੁਪਰੀਮ ਕੋਰਟ ਗਈ ਹੋਈ ਆ ਕਿ ਜ਼ਮੀਨਾਂ ਬਹਾਲ ਨਹੀਂ ਹੋਣੀਆਂ ਚਾਹੀਦੀਆਂ। ਹੁਣ ਤੁਸੀਂ ਦੱਸੋ, ਮੋਦੀ ਸਾਹਿਬ ਕਰੈਕਟ ਨੇ ਕਿ ਖਹਿਰਾ ਠੀਕ ਹੈ?